ਮੇਰੇ ਨਵੀਂ ਜੁੱਤੀ ਲਈ ਹੈ ਕਹਿੰਦਾ ਪੈਰਾਂ ਨੂੰ ਲੱਗਦੀ ਹੈ। ਦੇਖੋ ਜੀ ਸਾੜੀ ਪਾਈ ਹੋਈ, ਕੀ ਪਾਇਆ ਵਾ? ਆਜੋ ਆਪਾਂ ਤੁਹਾਨੂੰ ਜੁੜੀ ਦਿਖਾ ਦਈਏ ਜੀ, ਆਜੋ। ਬੱਚਾ ਸਿੱਧੂ ਮੂਸੇਵਾਲੇ ਦਾ ਫੈਨ ਆ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਾਥੀਆਂ ਨੂੰ। ਜਿਵੇਂ ਕਿ ਆਪਣਾ ਤੁਹਾਨੂੰ ਪਿਛਲੇ ਐਪੀਸੋਡ 'ਚ ਦੱਸਿਆ ਵੀ ਚੈਨਲ ਮੋਨੀਟਾਈਜ਼ ਹੋ ਗਿਆ, ਉਹਦੇ ਸੰਬੰਧ ਦੇ ਵਿੱਚ ਉਹ ਬਹੁਤ ਵੱਡੀ ਨਾਇਨਸਾਫੀ ਹੋਊਗੀ ਜੇ ਕੁਛ ਵਿਅਕਤੀਆਂ ਦਾ ਆਪਾਂ ਧੰਨਵਾਦ ਨਾ ਕੀਤਾ ਤਾਂ। ਸਪੈਸ਼ਲੀ ਮੈਂ ਧੰਨਵਾਦ ਕਰਦਾ ਆਪਣੇ ਏਡੀਏ ਹਰਫਤਿਹ ਸਿੰਘ ਜੀ ਦਾ, ਜੋ ਕਿ ਸਾਡੇ ਬਹੁਤ ਖਾਸ ਮਿੱਤਰ ਅਤੇ ਚੈਨਲ ਦੇ ਵਿੱਚ ਇਹਨਾਂ ਦਾ ਆਉਣ ਵਾਲੇ ਸਮੇਂ 'ਚ ਵੀ ਬਹੁਤ ਵੱਡਾ ਰੋਲ ਰਹਿਣ ਵਾਲਾ ਉਹਨਾਂ ਦਾ। ਅਤੇ ਦੂਜਾ ਮੈਂ ਕਰਨਾ ਚਾਹੂੰਗਾ ਆਪਦੇ ਵਿਦੇਸ਼ ਰਹਿੰਦੇ ਭਰਾਵਾਂ ਦਾ, ਆਪਣੇ ਕਜ਼ਨਸ ਦਾ ਸਰਬਪ੍ਰੀਤ ਸਿੰਘ ਜਸਪ੍ਰੀਤ ਸਿੰਘ, ਜਿਨ੍ਹਾਂ ਨੇ ਆਪਣੇ ਗੈਜਟ ਸਪੋਂਸਰ ਕੀਤੇ ਸੀਗੇ, ਜਿਨ੍ਹਾਂ ਦੀ ਬਦੌਲਤ ਆਪਣੀਆਂ ਵੀਡੀਓਜ਼ ਬਹੁਤ ਵਧੀਆ ਬਣੀਆਂ ਸੀਗੀਆਂ। ਅਤੇ ਇੱਕ ਅੱਜ ਵਾਲੀ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਉਹਦੇ 'ਚ ਆਪਾਂ ਇਹ ਗੈਜਟ ਯੂਜ਼ ਕਰ ਰਹੇ ਹਾਂ। ਅੱਜ ਸਾਰੀ ਵੀਡੀਓ ਆਪਾਂ ਇਹ ਗਿੰਬਲ ਨਾਲ ਸ਼ੂਟ ਕਰਾਂਗੇ, DJMI ਦਾ ਹੈ। ਅਤੇ ਇਹ ਇਕਿਊਪਮੈਂਟ ਆਪਾਂ ਜੇ ਵਰਤਾਂਗੇ ਨਾਲ। ਆਪਣੇ ਪਰਿਵਾਰਕ ਮੈਂਬਰ ਪੂਰੇ ਤਿਆਰ ਹੋ ਕੇ ਗੱਡੀਆਂ 'ਚ ਬਹਿਣ ਜਾ ਰਹੇ ਨੇ। ਬਹਿ ਜਾਓ ਜੀ ਸਾਰੇ। ਬਹੁਤ ਪਿਆਰੀ ਬੱਚੀ ਆ ਰੀਤ। ਹੈਲੋ ਰੀਤ, ਬਾਏ ਕਰ ਦਿਓ ਜੀ। ਜੀ ਬਾਏ ਭਾਜੀ ਦਾ ਹੁਣ ਆਪਾਂ ਬਹੁਤ ਬਹੁਤ ਧੰਨਵਾਦ। ਰਾਤ ਭਾਜੀ ਹੁਣਾਂ ਨੇ ਸਾਡੀ ਬਹੁਤ ਵਧੀਆ ਕਹਿ ਲਓ ਮਹਿਮਾਨਨਵਾਜ਼ੀ ਕੀਤੀ। ਅਤੇ ਅੱਜ ਆਪਾਂ ਜੋ ਆਪਣਾ ਫੈਮਿਲੀ ਫੰਕਸ਼ਨ ਅਟੈਂਡ ਕਰਨ ਆਏ ਹਾਂ ਉਹਦਾ ਜਿਹੜਾ ਵੈਨਿਊ ਆ ਇੱਥੇ ਹੈ ਦ ਜੈਨਤ। ਲਓ ਜੀ ਆਪਣੇ ਮਿੱਤਰ ਪਿਆਰੇ ਸਾਰੇ ਪਹੁੰਚ ਗਏ ਨੇ ਅਤੇ ਮਿਲਣੀਆਂ ਕਰ ਰਹੇ ਨੇ। ਅਤੇ ਤੁਹਾਨੂੰ ਮੈਂ ਮਨਰਾਜ ਦਿਖਾਉਣਾ, ਸਾੜੀ ਲਾਈ ਹੋਈ ਆ ਨਿੱਕੀ ਜੀ ਦੀ। ਦੇਖੋ ਜੀ ਸਾੜੀ ਪਾਈ ਹੋਈ, ਕੀ ਪਾਇਆ ਵਾ? ਨਿੱਕੇ ਬੱਚਿਆਂ ਦੀ ਤੁਹਾਨੂੰ ਪਤਾ ਡਰੈਸ ਦੋ ਤਿੰਨ ਵਾਰੀ ਚੇਂਜ ਕਰਨੀ ਪੈਂਦੀ ਹੈ ਕਿਉਂਕਿ ਲਪੇਟ ਲੈਂਦੇ ਆ। ਉਵੇਂ ਹੀ ਇੱਕ ਸਾਡਾ ਛੋਟਾ ਜਿਹੜਾ ਬੱਚਾ ਉਹ ਇਹਦੇ ਅੰਦਰ ਡਰੈਸ ਚੇਂਜ ਹੋ ਰਹੀ ਹੈ। ਮੈਂ ਕਿਹਾ ਬਲੇਜ਼ਰ ਵਗੈਰਾ ਪਾ ਲਈਏ, ਹਾਲਾਂਕਿ ਮੌਸਮ ਬਲੇਜ਼ਰ ਵਾਲਾ ਹਜੇ ਨਹੀਂ ਹੈਗਾ ਪਰ ਇੱਕ ਵਾਰੀ ਪਾ ਲੈਂਦੇ ਹਾਂ ਅਤੇ ਫਿਰ ਆਪਾਂ ਉਸ ਹਿਸਾਬ ਨਾਲ ਬਦਲ ਲਾਂਗੇ ਗੈਟਅਪ ਆਪਣਾ। ਮੁੰਡੇ ਆ ਗਏ ਆਪਾਂ ਨੂੰ ਮਿਲਦੇ ਤੇ ਮੈਂ ਵੇਖਿਆ ਤੇ ਕੱਦ ਬੜਾ ਉੱਚਾ ਕਰ ਗਏ ਆ, ਫੁੱਟ ਫੁੱਟ ਉੱਚੇ ਹੋ ਗਏ ਸਾਡੇ ਨਾਲ। ਹੈ ਬਈ ਸ਼ਾਲੂ ਸ਼ਲਵਿੰਦਰ ਹੈ ਜੀ ਨਾ ਸਾਡੇ ਭਰਾ ਦਾ, ਸ਼ਾਲੂ ਕਹਿ ਦਿੰਦੇ ਆਪਾਂ ਛੋਟਾ ਨੂੰ, ਹਨਾ। ਮੁੰਡੇ ਨੇ ਨਵੀਂ ਜੁੱਤੀ ਲਈ ਹੈ ਕਹਿੰਦਾ ਪੈਰਾਂ ਨੂੰ ਲੱਗਦੀ ਹੈ ਜੀ। ਆਪਣਾ ਅੰਦਰੋਂ ਬੁਕਿੰਗ ਹਾਲ ਸ਼ਾਲੂ ਹੋਰ ਫਿਰ ਹੈ ਡੈਡੀ ਤੇਰਾ ਆਉਂਦੇ ਪਏ ਆ। ਖਾਣ ਪੀਣ ਵਾਲੇ ਪਾਸੇ ਜ਼ੋਰ ਦਿੱਤਾ ਜਾ ਰਿਹਾ, ਹਲਕਾ ਹਲਕਾ ਖਾ ਲਈਏ। ਮੈਂ ਕਿਹਾ ਕਿ ਨਹੀਂ ਜਸਪ੍ਰੀਤ, ਸਨੈਕਸ ਵਗੈਰਾ ਖਾ ਲਈਏ, ਭੁੱਖ ਲੱਗੀ ਭਾਈ ਸਵੇਰ ਦੇ ਨਿਕਲੇ ਹੋਏ ਆ, ਟੀਵੀਆਂ ਨੂੰ ਤਿਆਰ ਕਰਦੇ ਚੱਕਰ ਦੇ ਵਿੱਚ ਭੁੱਖੇ ਰਹਿ ਗਏ। ਮਹਿਮਾਨ ਆਉਣੇ ਸ਼ੁਰੂ ਹੋ ਚੁੱਕੇ ਆ ਜੀ। ਲਓ ਜੀ ਸਾਡਾ ਛੋਟਾ ਵਾ ਕਿਉਂ ਦੱਸੋ ਜੀ? ਬੱਚਾ ਸਿੱਧੂ ਮੂਸੇਵਾਲੇ ਦਾ ਫੈਨ ਆ ਜੀ। ਬਹੁਤ ਸੋਹਣਾ, ਚਲੋ ਮੇਨ ਚੀਜ਼ ਆ ਬੱਚੇ ਦਾ ਕੌਨਫੀਡੈਂਸ ਬਹੁਤ ਵੱਡਾ ਜੀ।
ਕੌਨਫੀਡੈਂਸ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ। ਇੰਨੇ ਬੰਦਿਆਂ ਸਾਹਮਣੇ ਗਾਇਆ, ਬੱਚੇ ਨੇ ਹਿੰਮਤ ਰੱਖ ਕੇ, ਬਹੁਤ ਵਧੀਆ, ਵੈਰੀ ਗੁੱਡ ਬੇਟੇ। ਆ ਜਾਓ, ਆਪਾਂ ਤੁਹਾਨੂੰ ਜੁੜੀ ਦਿਖਾ ਦਈਏ ਜੀ, ਆ ਜਾਓ। ਜਿਹੜਾ ਦਿਨ ਆਪਣਾ ਬਹੁਤ ਸੋਹਣਾ ਲੱਗ ਗਿਆ ਅਤੇ ਆਪਣੇ ਪਰਿਵਾਰ ਦੇ ਨਾਲ ਬਹੁਤ ਸੋਹਣੇ ਉਹਦੇ ਕਹਿਣ ਨੂੰ ਮਿਲਣ ਗਿਲਣ ਹੋਏ ਆ। ਇਹ ਆਪਣੇ ਸਾਰੇ ਭਰਾ ਕੰਮ ਮਿੱਤਰ ਆ। ਇੰਨੀ ਹਾਜ਼ਰੀ ਸਾਡੀ ਪ੍ਰਵਾਨ ਕਰਿਓ ਅਤੇ ਮਿਲਦੇ ਹਾਂ ਅਗਲੇ ਬਲੌਗ। ਬਾਏ ਕਰ ਦਿਓ ਜੀ ਸਾਰੇ ਜਣੇ।